मानसिक तनाव ते इस दे साडे शरीर दे उपर की प्रभाव हो सकते हैं, इस दे बारे च अज असी गल करांगे कि जे असी लगातार क्रोनिकली स्ट्रैस दे विच रहिंदे हैगे आ तां उहदे नाल साडे शरीर दे विच कीड़ियां बीमारियां पैदा हो सकदियां ने। तां इहदे नाल असी रिलेटड स्टडीज़ की गल करांगे, कुछ उदाहरणां कुछ एग्जाम्पल्स की गल करांगे जिहदे नाल कि समझण च सौखा हो जाएगा कि यह बीमारी हैगी जिहड़ी सानूं किवें हो सकती हैगी। ਤਾਂ ਸਟ्रੈਸ ਨੂੰ ਬਿਮਾਰੀ ਦੇ ਨਾਲ ਰਿਲੇਟ ਕਰਨ ਦਾ ਜਿਹੜਾ ਸਾਰਾ ਜਿਹੜਾ ਕ੍ਰੈਡਿਟ ਹੈਗਾ ਉਹ ਹੈਂਸ ਸੈਲੀਏ, ਇੱਕ ਐਂਡੋਕਰਨੋਲੋਜਿਸਟ ਸੀਗੇ, ਉਹਨਾਂ ਨੂੰ ਜਾਂਦਾ। ਉਹਨਾਂ ਨੂੰ ਫਾਦਰ ਆਫ ਸਟ्रੈਸ ਰਿਸਰਚ ਵੀ ਕਿਹਾ ਜਾਂਦਾ ਹੈਗਾ ਕਿ ਉਹਨਾਂ ਨੇ ਪਹਿਲੀ ਵਾਰੀ ਇਹ ਟਰਮ ਦਿੱਤੀ ਕਿ ਜਿਹੜਾ ਸਟ्रੈਸ ਹੈਗਾ ਉਹ ਸਾਨੂੰ ਬਿਮਾਰੀ ਵੱਲ ਨੂੰ ਲੈ ਕੇ ਜਾ ਸਕਦਾ ਹੈਗਾ, ਜਾਂ ਸਟ्रੈਸ ਹੈ ਜਿਹੜਾ ਉਹ ਬਿਮਾਰੀਆਂ ਦਾ ਕਾਰਨ ਬਣਦਾ ਹੈਗਾ। ਤਾਂ ਇਹਦੇ ਪਿੱਛੇ ਘਟਨਾ ਹੋਈ ਜਿਹਦੇ ਕਰਕੇ ਕਿ ਉਹ ਇਹਨੂੰ ਕੋਰਲੇਟ ਕਰ ਸਕੇ। ਉਹ ਚੂਹਿਆਂ ਦੇ ਦੋ ਗਰੁੱਪ ਦੇ ਉੱਪਰ ਇੱਕ ਰਿਸਰਚ ਕਰ ਰਹੇ ਸੀਗੇ। ਇੱਕ ਗਰੁੱਪ ਸੀ ਜਿਹੜਾ ਉਹਨੂੰ ਪੈਨਕ੍ਰੀਆਟਿਕ ਲਿਕੁਇਡ ਸੀਗਾ ਜਾਂ ਸੋਲਿਊਸ਼ਨ ਸੀਗਾ ਉਹ ਦਿੱਤਾ ਜਾ ਰਿਹਾ ਸੀ, ਅਤੇ ਦੂਸਰਾ ਜਿਹੜਾ ਗਰੁੱਪ ਸੀ ਉਹਨਾਂ ਨੂੰ ਪਲੇਨ ਜਿਹੜਾ ਵਾਟਰ ਸੀ ਉਹ ਇੰਜੈਕਟ ਕੀਤਾ ਜਾ ਰਿਹਾ ਸੀ ਮਕੇ ਉਹਨਾਂ ਦੇ ਅੰਦਰ। ਤਾਂ ਉਹ ਖੋਜ ਕਰਨਾ ਚਾਹੁੰਦੇ ਸੀ ਕਿ ਜੇ ਖਾਸ ਤਰ੍ਹਾਂ ਦੇ ਹਾਰਮੋਨਲ ਚੇਂਜਸ ਕਰਕੇ ਕੀ ਫਰਕ ਹੋ ਸਕਦੇ ਨੇ ਚੂਹਿਆਂ ਦੇ ਇੱਕ ਖਾਸ ਗਰੁੱਪ ਦੇ ਵਿੱਚ, ਅਤੇ ਦੂਸਰੇ ਗਰੁੱਪ 'ਚੋਂ ਚੈੱਕ ਕਰਨਾ ਚਾਹੁੰਦੇ ਸੀ ਕਿ ਜੇ ਉਹਨਾਂ ਨੂੰ ਸੋਲਿਊਸ਼ਨ ਨਹੀਂ ਦਿੱਤਾ ਜਾਂਦਾ ਤਾਂ ਕੀ ਉਹ ਕਿ ਉਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈਗਾ। ਪਰ ਉਹ ਚੂਹਿਆਂ ਨੂੰ ਮੈਨੇਜ ਕਰਨ 'ਚ ਬਹੁਤ ਮਾੜੇ ਸੀਗੇ ਕਿ ਚੂਹੇ ਉਹਨਾਂ ਤੋਂ ਭੱਜ ਜਾਂਦੇ ਸੀ, ਉਹਨਾਂ ਨੂੰ ਫੜ ਕੇ ਲਿਆਉਂਦੇ ਜਾਂ ਭੱਜੇ ਫਿਰਦੇ ਉਹਨਾਂ ਦੇ ਮਗਰ, ਜਾਂ ਬੌਕਰਾਂ ਨਾਲ ਲੱਭ ਕੇ ਲਿਆਉਂਦੇ ਉਹਨਾਂ ਨੂੰ ਕੱਢ ਕੇ ਲਿਆਉਂਦੇ, ਉਹ ਉਹਨਾਂ ਦੀ ਲੈਬ ਦੇ ਵਿੱਚ ਇੱਧਰ ਉੱਧਰ ਦੌੜਦੇ ਸੀ ਚੂਹੇ। ਪਰ 6 ਮਹੀਨੇ ਬਾਅਦ ਜਦੋਂ ਉਹਨਾਂ ਨੇ ਚੈੱਕ ਕੀਤਾ, ਉਹ ਸਟੱਡੀ ਕੰਪਲੀਟ ਹੋਈ, ਤਾਂ ਉਹਦੇ 'ਚ ਉਹਨਾਂ ਨੇ ਦੇਖਿਆ ਕਿ ਦੋਵਾਂ ਤਰ੍ਹਾਂ ਦੇ ਚੂਹਿਆਂ ਦੇ ਵਿੱਚ ਹੀ ਅਲਸਰ ਸੀਗੇ, ਦੋਨਾਂ ਦੇ ਪੇਟ ਦੇ ਵਿੱਚ ਹੀ ਜਿਹਨੂੰ ਅਲਸਰ ਕਹਿੰਦੇ ਹੈਗੇ ਆ ਜਾਂ ਫੋੜੇ ਕਹਿ ਦਿੰਦੇ ਹਾਂ ਅਸੀਂ, ਉਹ ਸੀਗੇ। ਉਹਨਾਂ ਦੀ ਹਾਰਟ ਦੀਆਂ ਜਿਹੜੀਆਂ ਆਰਟਰੀ ਸੀਗੀਆਂ ਉਹ ਬਲੋਕ ਸੀਗੀਆਂ, ਮੋਸਟਲੀ ਜਿਹੜੇ ਚੂਹੇ ਸੀ ਉਹਨਾਂ ਦੀਆਂ। ਤਾਂ ਉਹਨਾਂ ਉਹ ਹੈਰਾਨ ਹੋ ਗਏ ਕਿ ਜੇ ਪੈਨਕ੍ਰੀਆਟਿਕ ਜਿਹੜਾ ਸੋਲਿਊਸ਼ਨ ਦਿੱਤਾ ਜਾ ਰਿਹਾ ਸੀ ਜੇ ਉਹਦੇ ਕਰਕੇ ਹੁੰਦਾ ਤਾਂ ਫਿਰ ਦੂਸਰੇ ਗਰੁੱਪ ਦੇ ਵਿੱਚ ਇਹ ਨਹੀਂ ਸੀ ਹੋਣਾ। ਤਾਂ ਫਿਰ ਉਹਨਾਂ ਨੇ ਉਸ ਤੋਂ ਇਹ ਨਤੀਜੇ 'ਤੇ ਪਹੁੰਚੇ ਕਿ ਇਹਨਾਂ ਦੇ ਵਿੱਚ ਕੋਮਨ ਕੀ ਸੀ। ਤਾਂ ਕੋਮਨ ਉਹਨਾਂ ਨੂੰ ਆਪਦੀ ਗਲਤੀ ਫਿਰ ਕੋਮਨ ਲੱਗੀ ਕਿ ਮੈਂ ਦੋਵਾਂ ਤਰ੍ਹਾਂ ਦੇ ਚੂਹਿਆਂ ਨੂੰ ਬਹੁਤ ਸਟ੍ਰੈਸਫੁਲ ਮਾਹੌਲ ਦੇ ਵਿੱਚ ਰੱਖਿਆ, ਤਾਂ ਉਹ ਸਟ੍ਰੈਸ 'ਚ ਰਹਿਣ ਕਰਕੇ ਸ਼ਾਇਦ ਉਹਨਾਂ ਦੇ ਅੰਦਰ ਇਹ ਅਲਸਰ ਬਣ ਗਏ। ਤਾਂ ਇੱਥੋਂ ਫਿਰ ਖੋਜ ਅੱਗੇ ਹੋਣੀ ਸ਼ੁਰੂ ਹੋਈ ਅਤੇ ਸਟ੍ਰੈਸ ਨੂੰ ਮੰਨਿਆ ਜਾਣ ਲੱਗ ਪਿਆ ਕਿ ਉਹ ਜਿਹੜੇ ਪੇਟ 'ਚ ਅਲਸਰ ਹੁੰਦੇ ਨੇ ਉਹ ਇਹਦੇ ਕਰਕੇ ਹੁੰਦੇ ਨੇ, ਮਨੁੱਖਾਂ ਦੇ ਵੀ ਅਤੇ ਜਾਨਵਰਾਂ ਦੇ ਵੀ ਜ਼ਿਆਦਾਤਰ। ਇਹ ਲੰਬਾ ਸਮਾਂ ਤੱਕ ਚੱਲਦਾ ਰਿਹਾ। ਪਰ ਫਿਰ ਇੱਕ ਸਟੱਡੀ ਹੋਰ ਹੋਈ ਕਾਫੀ ਦੇਰ ਬਾਅਦ, ਜਿਹਦੇ 'ਚ ਇਹ ਪਤਾ ਲੱਗਿਆ ਕਿ ਜਿਹੜਾ ਇੱਕ ਖਾਸ ਬੈਕਟੀਰੀਆ ਜਿਹੜਾ 3 ਦੇ ਵਿੱਚੋਂ ਲਗਭਗ 2 ਲੋਕ ਹੈਗੇ ਆ ਦੁਨੀਆ ਦੇ ਵਿੱਚ ਉਹਨਾਂ ਦੇ ਵਿੱਚ ਹੁੰਦਾ ਹੈਗਾ, ਉਹ ਕਾਰਨ ਬਣਦਾ ਪੇਟ ਦੇ ਜਿਹੜੇ ਅਲਸਰ ਹੈਗੇ ਆ ਜਾਂ ਬੈਕਟੀਰੀਆ ਹੈਗਾ ਉਸਦਾ। ਤਾਂ ਫਿਰ ਉਹਦੇ ਵਾਸਤੇ ਮੈਡੀਸਨ, ਬੈਕਟੀਰੀਆ ਵਾਸਤੇ ਮੈਡੀਸਨ ਕ੍ਰੀਏਟ ਕੀਤੀ ਗਈ ਅਤੇ ਉਹ ਮੈਡੀਸਨ ਬਹੁਤ ਦੇਰ ਤੱਕ ਡਾਕਟਰ ਦਿੰਦੇ ਰਹੇ। ਪਰ ਫਿਰ ਉਹਦੇ ਉੱਪਰ ਇੱਕ ਹੋਰ ਸਟੱਡੀ ਹੋਈ, ਉੱਥੋਂ ਪਤਾ ਲੱਗਿਆ ਕਿ ਇਹ ਜਿਹੜਾ ਬੈਕਟੀਰੀਆ ਹੈਗਾ ਜਦੋਂ 3 ਚੋਂ 2 ਬੰਦਿਆਂ 'ਚ ਹੁੰਦਾ ਤਾਂ ਥੋੜ੍ਹੇ ਹੀ ਲੋਕ ਕਿਉਂ ਹੈਗੇ ਆ ਜਿਨ੍ਹਾਂ ਨੂੰ ਅਲਸਰਸ ਹੁੰਦੇ ਨੇ ਪੇਟ ਦੇ। ਤਾਂ ਫਿਰ ਜਦੋਂ ਉਹਦੇ ਉੱਪਰ ਰਿਸਰਚ ਹੋਈ ਤਾਂ ਉੱਥੇ ਪਤਾ ਲੱਗਿਆ ਕਿ ਉਹ ਬੈਕਟੀਰੀਆ ਹੈਗਾ ਜਿਹੜਾ ਆਦਮੀ ਸਟ੍ਰੈਸ 'ਚ ਹੁੰਦਾ ਹੈਗਾ ਉਸੇ ਦੇ ਅੰਦਰ ਹੀ ਉਹ ਐਕਟੀਵੇਟ ਹੁੰਦਾ, ਕਿਉਂਕਿ ਇਮਿਊਨ ਸਿਸਟਮ ਉਹਦਾ ਉਸ ਤਰੀਕੇ ਨਾਲ ਸਪਰੈਸ ਹੋ ਜਾਂਦਾ ਜਿਹਦੇ ਕਰਕੇ ਉਹ ਅਲਸਰ ਹੈਗੇ ਆ ਜਿਹੜਾ ਉਹ ਬੈਕਟੀਰੀਆ ਹੈਗਾ ਉਹ ਅਲਸਰ ਬਣਾਉਣ 'ਚ ਕਾਮਯਾਬ ਹੋ ਜਾਂਦਾ ਹੈਗਾ ਪੇਟ ਦੇ ਅੰਦਰ। ਤਾਂ ਇਸ ਤਰ੍ਹਾਂ ਫਿਰ ਸਟ੍ਰੈਸ ਦੀ ਗੱਲ ਆ ਗਈ ਕਿ ਸਟ੍ਰੈਸ ਹੈਗਾ ਜਿਹੜਾ ਉਹੀ ਅਲਸਰਸ ਦਾ ਰੀਜ਼ਨ ਹੈਗਾ। ਤਾਂ ਇਹ ਸਾਰੀ ਰਿਸਰਚ ਸੀਗੀ ਸ਼ੁਰੂਆਤੀ ਜਿਹਨੇ ਸਟ੍ਰੈਸ ਦੇ ਨਾਲ ਬਿਮਾਰੀ ਨੂੰ ਰਿਲੇਟ ਕੀਤਾ। ਹੁਣ ਜੇ ਅਸੀਂ ਵੇਖੀਏ ਕਿ ਜੋ ਸਟ੍ਰੈਸ ਹੈਗਾ, ਜੋ ਲਗਾਤਾਰ ਜਿਹੜੀ ਮਾਨਸਿਕ ਪਰੇਸ਼ਾਨੀ ਹੈਗੀ ਹੈ ਜਾਂ ਮਾਨਸਿਕ ਤਣਾਅ ਹੈਗਾ ਜੋ ਲਗਾਤਾਰ ਬਣਿਆ ਰਹਿੰਦਾ ਹੈਗਾ, ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈਗਾ, ਤਾਂ ਉਸਦੇ ਸਾਡੇ ਸਰੀਰ ਦੇ ਉੱਪਰ ਕੀ ਪ੍ਰਭਾਵ ਹੁੰਦੇ ਨੇ। ਤਾਂ ਇਹਦੇ ਵਿੱਚ ਅਸੀਂ ਪਹਿਲੀ ਗੱਲ ਕਰੀਏ ਤਾਂ ਹਾਰਟ ਡਿਜ਼ੀਜ਼, ਦਿਲ ਦੀ ਜਿਹੜੀ ਬਿਮਾਰੀ ਹੈਗੀ ਹੈ, ਆਰਟਰੀਜ਼ ਦਾ ਬਲੌਕ ਹੋ ਜਾਣਾ ਜਾਂ ਦਿਲ ਦਾ ਜਿਹੜਾ ਹੈਗਾ ਉਹ ਫੰਕਸ਼ਨਲੀ ਘੱਟ ਜਾਣਾ ਕਿ ਉਹਦਾ ਪਾਵਰ ਘੱਟ ਜਾਣੀ ਜਿਸਨੂੰ ਅਸੀਂ ਕਹਿ ਦਿੰਦੇ ਹੈਗੇ ਹਾਂ, ਉਹ ਇਸ ਕਰਕੇ ਹੁੰਦਾ ਕਿ ਜਦੋਂ ਅਸੀਂ ਸਟ੍ਰੈਸ 'ਚ ਹੁੰਦੇ ਹਾਂ, ਜਿਵੇਂ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਮੈਕੇਨਿਜ਼ਮ ਬਾਰੇ ਕਿ ਸਟ੍ਰੈਸ ਕਿਵੇਂ ਕੰਮ ਕਰਦਾ ਸਰੀਰ ਦੇ ਅੰਦਰ, ਜੇ ਸਟ੍ਰੈਸ 'ਚ ਹੁੰਦੇ ਹਾਂ ਤਾਂ ਸਾਡਾ ਸਰੀਰ ਕੀ ਕਰਦਾ ਹੈਗਾ ਕਿ ਉਹ ਸਾਡੇ BP ਸਾਡਾ ਵੱਧ ਜਾਂਦਾ ਹੈਗਾ ਤਾਂ ਕਿ ਖੂਨ ਪੰਪ ਹੋ ਸਕੇ ਸਾਡੇ ਸਰੀਰ ਦੇ ਵਿੱਚ, ਐਨਰਜੀ ਤੇਜ਼ੀ ਨਾਲ ਫਲੋ ਹੋ ਸਕੇ, ਅਸੀਂ ਜ਼ਿਆਦਾ ਆਕਸੀਜਨ ਫਲੋ ਕਰ ਸਕੀਏ, ਕਿਉਂਕਿ ਉਸ ਟਾਈਮ ਅਸੀਂ ਕਿਸੇ ਖਤਰੇ ਦੀ ਸਥਿਤੀ 'ਚ ਹੁੰਦੇ ਹੈਗੇ ਹਾਂ। ਤਾਂ ਜਦੋਂ ਅਸੀਂ ਸਾਈਕੋਲੋਜੀਕਲੀ ਬੈਠਿਆਂ ਬਿਠਾਇਆ ਇਸ ਤਰ੍ਹਾਂ ਦਾ ਸਟ੍ਰੈਸ ਕ੍ਰੀਏਟ ਕਰਦੇ ਹੈਗੇ ਹਾਂ ਤਾਂ ਵੀ ਸਰੀਰ ਸਾਡਾ ਉਵੇਂ ਰਿਸਪੋਂਡ ਕਰਦਾ ਹੈਗਾ।
ਤਾਂ ਉਹ ਕੀ ਹੁੰਦਾ ਹੈਗਾ ਕਿ ਸਾਡੀਆਂ ਜਿਹੜੀਆਂ ਆਰਟਰੀਜ਼ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਪਰ ਜਦੋਂ ਬੀਪੀ ਵੱਧ ਜਾਂਦਾ ਤਾਂ ਖੂਨ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈਗਾ, ਧੱਕਾ ਲੱਗਦਾ ਹੈਗਾ, ਅਤੇ ਉਹ ਧੱਕੇ ਕਰਕੇ ਉਹ ਕਿਤੇ ਨਾ ਕਿਤੇ ਪੰਕਚਰ ਹੋ ਜਾਂਦੀਆਂ ਨੇ। ਜਿੱਥੇ ਉਹ ਪੰਕਚਰ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਉੱਥੇ ਪਲਾਕ ਹੈਗੀ ਜਿਹੜੀ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ, ਕੈਲਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ, ਨਾੜਾਂ ਦੀ ਉਹ ਸਖਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਇਸ ਨੂੰ ਐਥਰੋਕਲੋਰੋਸਿਸ ਕਹਿੰਦੇ ਹੈਗੇ ਆ, ਇਹ ਜਿਹੜਾ ਹੈਗਾ ਇਹ ਸਾਰਾ ਕੁਝ ਵਾਪਰਨ ਨੂੰ, ਅਤੇ ਉਹ ਫਿਰ ਅੱਗੇ ਜਾ ਕੇ ਆਰਟਰੀਜ਼ ਹੈਗੀਆਂ ਜਿਹੜੀਆਂ ਬਲੋਕ ਕਰ ਦਿੰਦਾ ਹੈਗਾ, ਹੌਲੀ ਹੌਲੀ ਬਲੋਕ ਹੋ ਜਾਂਦੀ। ਇੱਕ ਮੇਨ ਰੀਜ਼ਨ ਹੈਗਾ, ਸਟ੍ਰੈਸ ਹੈਗਾ ਜਿਹੜਾ ਰੀਜ਼ਨ, ਹੋਰ ਕਾਰਨ ਵੀ ਹੋ ਸਕਦਾ, ਫੂਡ ਵੀ ਹੋ ਸਕਦਾ ਜਾਂ ਵੀ ਹੋ ਸਕਦਾ, ਪਰ ਸਟ੍ਰੈਸ ਵੀ ਉਹਦਾ ਇੱਕ ਬਹੁਤ ਵੱਡਾ ਕਾਰਨ ਹੈਗਾ। ਤਾਂ ਇਹ ਜਦੋਂ ਹੁੰਦਾ ਹੈਗਾ ਸਾਡੇ ਸਰੀਰ ਦੇ ਵਿੱਚ ਸਟ੍ਰੈਸ ਕਰਕੇ ਇਹ ਚੀਜ਼ਾਂ ਵਾਪਰਦੀਆਂ ਹੈਗੀਆਂ, ਤਾਂ ਇਹਦੇ 'ਤੇ ਵੀ ਸਟੱਡੀ ਕੀਤੀ ਗਈ ਫਿਰ ਕਿ ਜਦੋਂ ਡਾਕਟਰਸ ਨੇ ਇਹਦੇ ਉੱਤੇ ਕੰਮ ਕੀਤਾ ਤਾਂ ਉਹਨਾਂ ਨੇ ਕੁਝ ਬਾਂਦਰਾਂ ਦੇ ਗਰੁੱਪ ਦੇ ਉੱਪਰ ਕੰਮ ਕੀਤਾ, ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਗਰੁੱਪਸ ਦੇ ਵਿੱਚ ਹੈਰਾਰਕੀ ਸੀਗੀ ਕਿ ਉੱਪਰ ਅਲਫਾ ਮੇਲ ਸੀਗੇ ਜਿਹੜੇ, ਉਹ ਛੋਟੇ ਬਾਂਦਰ ਸੀ ਜਿਹੜੇ ਉਹਨਾਂ ਨੂੰ ਤੰਗ ਕਰਦੇ ਸੀਗੇ ਜਾਂ ਪਰੇਸ਼ਾਨ ਕਰਦੇ ਸੀ, ਜਾਂ ਫੀਮੇਲ ਸੀਗੀਆਂ ਜਿਹੜੀਆਂ ਉਹਨਾਂ ਨੂੰ ਤੰਗ ਕਰਦੇ ਸੀ, ਉਹਨਾਂ ਦੇ ਵਿੱਚ ਜਿਹੜੇ ਸਬੋਰਡੀਨੇਟ ਜਿਹੜੇ ਉਹ ਛੋਟੇ ਅਲਫਾ ਨਹੀਂ ਸੀਗੇ, ਉਹ ਸਾਰਿਆਂ ਦੇ ਵਿੱਚ ਆਰਟਰੀਜ਼ ਬਲੋਕ ਪਾਈਆਂ ਗਈਆਂ ਜਾਂ ਕਿਸੇ ਹੱਦ ਤੱਕ ਬਲੋਕ ਪਾਈਆਂ ਗਈਆਂ, ਕਿਉਂਕਿ ਉਹ ਸਟ੍ਰੈਸ 'ਚ ਰਹਿੰਦੇ ਸੀ ਹਮੇਸ਼ਾ ਹੀ। ਤਾਂ ਇਸ ਤੋਂ ਇਹ ਸਾਬਿਤ ਹੋਇਆ ਕਿ ਸਟ੍ਰੈਸ ਹੈਗਾ ਜਿਹੜਾ ਉਹ ਸਾਨੂੰ ਇੱਧਰ ਲੈ ਜਾਂਦਾ, ਅਤੇ ਅਸੀਂ ਦੇਖਦੇ ਹੈਗੇ ਹਾਂ ਕਿ ਜਿਹੜਾ ਬੰਦਾ ਸਟ੍ਰੈਸ 'ਚ ਹੁੰਦਾ ਹੈਗਾ ਉਹ ਹਾਰਟ ਦੀ ਬਿਮਾਰੀ ਤੋਂ ਜਾਂ ਹਾਰਟ ਦੀ ਫੰਕਸ਼ਨਿੰਗ ਦੇ ਉਹਦੇ ਤੋਂ ਪ੍ਰਭਾਵਿਤ ਹੋ ਜਾਂਦਾ ਹੈਗਾ। ਇਹ ਮੇਨ ਜਿਹੜਾ ਹੈਗਾ ਕਾਰਨ ਬਣ ਸਕਦਾ ਹੈਗਾ ਤਣਾਅ ਹੈਗਾ ਜਿਹੜਾ। ਸੈਕਿੰਡ ਹੈਗਾ ਬ੍ਰੇਨ ਹੈਲਥ, ਕਿ ਸਾਡਾ ਦਿਮਾਗ ਹੈਗਾ ਜਿਹੜਾ ਉਹਦੇ ਉੱਪਰ ਕੀ ਪ੍ਰਭਾਵ ਪੈਂਦਾ ਹੈਗਾ। ਤਾਂ ਇਹਦੇ ਵਾਸਤੇ ਵੀ ਇੱਕ ਸਟੱਡੀ ਹੋਈ, ਸਟੈਨਫੋਰਡ ਯੂਨੀਵਰਸਿਟੀ ਹੈਗੀ ਹੈ ਜਿਹੜੀ ਅਮੈਰੀਕਾ ਦੀ, ਉਹਦੇ ਵਿੱਚ ਖੋਜ ਹੋਈ ਮਾਊਸ ਦੇ ਉੱਪਰ ਹੀ ਉਹਨਾਂ ਨੇ, ਤਾਂ ਉਹਨੇ ਦੋ ਗਰੁੱਪਸ ਦੇ ਵਿੱਚ ਉਹਦੇ ਉੱਪਰ ਵੀ ਕੰਮ ਕੀਤਾ। ਇੱਕ ਸਟ੍ਰੈਸਫੁਲ ਮਾਹੌਲ 'ਚ ਰੱਖਿਆ ਗਿਆ, ਇੱਕ ਚੂਹੇ ਸੀ ਉਹਨੂੰ ਜ਼ਿਆਦਾ ਠੰਡ ਦੇ ਵਿੱਚ ਜਾਂ ਜ਼ਿਆਦਾ ਗਰਮੀ ਦੇ ਵਿੱਚ ਜਾਂ ਭੋਜਨ ਨਾ ਦਿੱਤਾ ਜਾਣਾ, ਫੂਡ ਨਾ ਦਿੱਤਾ ਜਾਣਾ, ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਉਹਨਾਂ ਨੂੰ ਸਟ੍ਰੈਸ 'ਚ ਰੱਖਿਆ ਗਿਆ। ਦੂਜੇ ਜਿਹੜਾ ਗਰੁੱਪ ਸੀ ਉਹਨਾਂ ਨੂੰ ਸਹੀ ਜਿਹੜਾ ਚੂਹਿਆਂ ਨੂੰ ਮਾਹੌਲ ਚਾਹੀਦਾ ਸੀ, ਸਹੀ ਹਿਊਮਿਡਿਟੀ ਚਾਹੀਦੀ ਸੀ, ਜਿਸ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ ਸੀ ਉਹਦੇ 'ਚ ਰੱਖਿਆ ਗਿਆ। ਅਤੇ ਜਦੋਂ ਉਹਨਾਂ ਦੋਵਾਂ ਦੀ ਬ੍ਰੇਨ ਸਕੈਨ ਕੀਤੀ ਗਈ, MRI ਕੀਤੀ ਗਈ, ਤਾਂ ਉਹਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਸਟ੍ਰੈਸਡ ਸੀਗੇ ਉਹਨਾਂ ਦੇ ਵਿੱਚ ਜਿਹੜੇ ਨਿਊਰੋ ਕਨੈਕਸ਼ਨ ਸੀਗੇ, ਉਹਨਾਂ ਦੇ ਵਿੱਚ ਜਿਹੜੇ ਨਵੇਂ ਜਿਹੜੇ ਸੈਲ ਸੀਗੇ, ਜਿਹੜੇ ਸਨੈਪਟਿਕਸ ਸੀਗੇ, ਉਹ ਬਹੁਤ ਘੱਟ ਬਣਨ ਦੀ ਸੰਭਾਵਨਾ ਸੀਗੀ। ਜਦੋਂ ਕਿ ਜਿਹੜੇ ਚੂਹੇ ਕੰਟਰੋਲਡ ਗਰੁੱਪ 'ਚ ਰੱਖੇ ਗਏ ਸੀ, ਜਿਹੜੇ ਚੂਹਿਆਂ ਨੂੰ ਮਤਲਬ ਕਿ ਮਾਹੌਲ ਦਿੱਤਾ ਗਿਆ ਸੀ ਉਹਨਾਂ ਦੇ ਹਿਸਾਬ ਦਾ, ਉਹਨਾਂ ਦੇ ਵਿੱਚ ਜਿਹੜੇ ਬ੍ਰੇਨ ਸੈੱਲ ਸੀਗੇ, ਉਹਨਾਂ ਦੀਆਂ ਬ੍ਰਾਂਚਸ ਸੀਗੀਆਂ ਜਿਹੜੀਆਂ, ਜਾਂ ਉਹਨਾਂ 'ਚ ਨਿਊਰੋਨ ਨਵੇਂ ਜਾਂ ਨਵੇਂ ਸਨੈਪਟਿਕਸ ਬਣਨ ਦੀ ਸੰਭਾਵਨਾ ਬਹੁਤ ਜ਼ਿਆਦਾ ਸੀਗੀ। ਤਾਂ ਇੱਥੋਂ ਇਹੀ ਗੱਲ ਸਾਹਮਣੇ ਆਈ ਕਿ ਜਿਹੜਾ 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 ਸਟ੍ਰੈਸ ਹੈਗਾ ਉਹ ਦਿਮਾਗ ਵਾਸਤੇ ਮਾੜਾ ਹੈਗਾ। ਅਤੇ ਇਹਦੇ ਵਾਸਤੇ ਕਹਾਵਤ ਵੀ ਅਸੀਂ ਕਹਿੰਦੇ ਹੀ ਹੁੰਦੇ ਹਾਂ ਇੱਕ, ਕਿ ਸਟ੍ਰੈਸ ਮੇਕਸ ਯੂ ਸਟੂਪਿਡ, ਕਿ ਜਿਹੜਾ ਬੰਦਾ ਚਿੰਤਾ 'ਚ ਰਹਿੰਦਾ ਉਹ ਭੁੱਲਣਾ ਸ਼ੁਰੂ ਕਰ ਦਿੰਦਾ, ਉਹ ਚੀਜ਼ਾਂ ਨੂੰ ਯਾਦ ਨਹੀਂ ਰੱਖ ਪਾਉਂਦਾ। ਇਸ ਤਰ੍ਹਾਂ ਅਸੀਂ ਦੇਖਦੇ ਹੈਗੇ, ਅਸੀਂ ਆਪਣੇ ਆਸੇ ਪਾਸੇ ਵੀ ਦੇਖਦੇ ਹੈਗੇ। ਤਾਂ ਇਹ ਚੀਜ਼ਾਂ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਟੱਡੀ ਤੋਂ ਹੀ ਆਉਂਦੀਆਂ ਨੇ, ਅਸੀਂ ਆਪਣੇ ਜਦੋਂ ਮਾਹੌਲ 'ਚ ਦੇਖਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਸਟ੍ਰੈਸ ਦਾ ਹੀ ਪ੍ਰਭਾਵ ਹੈਗਾ। ਨੈਕਸਟ ਹੈਗਾ ਵੀਕ ਇਮਿਊਨਿਟੀ, ਕਿ ਜਿਹੜੀ ਸਾਡੀ ਇਮਿਊਨਿਟੀ ਹੈਗੀ ਆ, ਜਿਹੜਾ ਸਾਡਾ ਬਿਮਾਰੀਆਂ ਨਾਲ ਲੜਨ ਦਾ ਅੰਦਰ ਸਿਸਟਮ ਹੈਗਾ, ਸਾਡੀ ਡਿਫੈਂਸ ਹੈਗੀ ਜਿਹੜੀ, ਉਹ ਵੀਕ ਹੋ ਜਾਂਦੀ ਹੈ ਜੇ ਅਸੀਂ ਲਗਾਤਾਰ ਸਟ੍ਰੈਸ 'ਚ ਰਹਿੰਦੇ ਹੈਗੇ। ਤਾਂ ਇਹਦੇ ਵਾਸਤੇ ਇੱਕ ਨਵਾਂ ਵਰਡ ਆ ਰਿਹਾ ਹੈਗਾ ਹੁਣ, ਸਾਈਕੋ ਨਿਊਰੋ ਇਮਿਊਨੋਲੋਜਿਸਟ ਜਿਹੜੇ ਹੈਗੇ ਆ, ਉਹ ਨਵੇਂ ਹੁਣ ਜਿਹੜੀ ਰਿਸਰਚਰ ਹੈਗੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਹੈਗਾ, ਜਿਹੜੇ ਕਿ ਇਮਿਊਨਿਟੀ ਅਤੇ ਸਾਡੀ ਸਾਈਕੋ ਅਤੇ ਸਾਡਾ ਜਿਹੜਾ ਨਿਊਰੋ ਸਿਸਟਮ ਹੈਗਾ ਉਹਦੇ ਨਾਲ ਸੰਬੰਧਿਤ ਰਿਸਰਚ ਕਰਦੇ ਨੇ। ਅਤੇ ਉਹਨਾਂ ਨੇ ਇਹ ਦੇਖਿਆ ਹੈਗਾ ਕਿ ਜੇਕਰ ਤੁਸੀਂ ਸਟ੍ਰੈਸ 'ਚ ਹੋ ਤਾਂ ਤੁਹਾਡੀ ਇਮਿਊਨਿਟੀ ਹੈਗੀ ਜਿਹੜੀ ਉਹ ਵੀਕ ਹੋ ਜਾਂਦੀ ਹੈਗੀ। ਤਾਂ ਇਹਦੇ ਵਾਸਤੇ ਉਹਨੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ। ਪਹਿਲਾ ਐਕਸਪੈਰੀਮੈਂਟ ਸੀ UCLA ਲੋਸ ਐਂਜਲਿਸ 'ਚ ਹੋਇਆ, ਜਿਹਦੇ 'ਚ ਉਹਨਾਂ ਨੇ ਸਿਰਫ ਐਕਟਰ ਸੀ ਜਿਹੜੇ, ਉਹਨਾਂ ਨੂੰ ਇਕੱਠੇ ਕੀਤਾ ਅਤੇ ਖੂਨ ਦੇ ਸੈਂਪਲ ਲਏ ਅਤੇ ਉਹ ਸਾਰੀਆਂ ਚੀਜ਼ਾਂ ਦੇਖੀਆਂ। ਜਦੋਂ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਨੈਗੇਟਿਵ ਰੋਲ ਕਰਨ, ਉਹਨਾਂ ਨੂੰ 2-3 ਦਿਨ ਦਾ ਟਾਈਮ ਦਿੱਤਾ ਗਿਆ ਕਿ ਉਹ ਨੈਗੇਟਿਵ ਰੋਲ ਦੀ ਤਿਆਰੀ ਕਰਨ, ਤਾਂ ਕਿ ਉਹ ਪੂਰੀ ਤਰ੍ਹਾਂ ਉਹ ਨੈਗੇਟਿਵ ਰੋਲ ਬਾਰੇ ਸੋਚਦੇ ਰਹਿਣ। ਫਿਰ ਉਹਨਾਂ ਨੇ ਉਹਨਾਂ ਨੂੰ ਈਓਫੋਰਿਕ, ਮਤਲਬ ਕਿ ਹਾਸੇ ਮਜ਼ਾਕ ਵਾਲਾ ਲਾਈਟ ਜਿਹੜਾ ਸੀਗਾ ਉਹ ਵਾਲਾ ਰੋਲ ਦਿੱਤਾ, ਤਾਂ ਉਹ ਉਹਦੇ 'ਤੇ ਤਿਆਰੀ ਕਰਦੇ ਰਹੇ। ਪਰ ਜਦੋਂ ਦੋਵਾਂ ਦੀਆਂ ਉਹਨਾਂ ਨੇ ਕੰਪੈਰੀਟਿਵਲੀ ਉਹਨੂੰ ਦੇਖਿਆ ਕਿ ਉਹ ਜਦੋਂ ਪਹਿਲਾ ਰੋਲ ਕੀਤਾ ਸੀ, ਜਦੋਂ ਉਹ ਬੰਦਾ
ਨੈਗੇਟਿਵ ਰੋਲ ਕਰ ਰਿਹਾ ਸੀਗਾ ਅਤੇ ਜਦੋਂ ਪੋਜ਼ਿਟਿਵ ਜਾਂ ਹੈਪੀਨੈਸ ਜਾਂ ਯੂਫੋਰਿਕ ਰੋਲ ਕਰ ਰਿਹਾ ਸੀਗਾ ਤਾਂ ਉਹਨਾਂ ਦੇ ਵਿੱਚ ਕੀ ਫਰਕ ਆਇਆ? ਤਾਂ ਉਹਨੇ ਦੇਖਿਆ ਕਿ ਇਮਿਊਨਿਟੀ ਜਿਹੜੇ ਸੀਗੇ ਵਧਾਉਣ ਵਾਲੇ ਜਿਹੜੀਆਂ ਚੀਜ਼ਾਂ ਸੀਗੀਆਂ ਖੂਨ ਦੇ ਵਿੱਚ ਉਹ ਸਾਰੀਆਂ ਥੱਲੇ ਚਲੀਆਂ ਗਈਆਂ ਜਦੋਂ ਉਹਨਾਂ ਨੇ ਨੈਗੇਟਿਵ ਰੋਲ ਕੀਤਾ। ਜਦੋਂ ਉਹਨਾਂ ਨੇ ਪੋਜ਼ਿਟਿਵ ਰੋਲ ਕੀਤਾ ਤਾਂ ਇਮਿਊਨਿਟੀ ਬੂਸਟਰ ਸੀਗੇ ਜਿਹੜੇ ਉਹ ਖੂਨ ਦੇ ਵਿੱਚ ਵੱਧ ਗਏ ਸੀਗੇ। ਤਾਂ ਸਟ੍ਰੈੱਸ ਹੈਗਾ ਜਿਹੜਾ ਉਹ ਸ਼ੁਰੂਆਤ 'ਚ ਜਿਹੜੀ ਰਿਸਰਚ ਕਹਿੰਦੀ ਹੈਗੀ ਕਿ ਜਦੋਂ ਸ਼ੁਰੂ ਹੁੰਦਾ ਹੈਗਾ ਸਟ੍ਰੈੱਸ, ਜਿਵੇਂ ਅਸੀਂ ਜੰਗਲ ਦੀ ਗੱਲ ਕੀਤੀ ਸੀ ਕਿ ਮੰਨ ਲਓ ਤੁਹਾਨੂੰ ਦੌੜਨਾ ਪੈ ਗਿਆ ਜਾਂ ਚੋਟ ਲੱਗ ਗਈ ਤੁਹਾਡੇ, ਅਤੇ ਤੁਹਾਡਾ ਇਮਿਊਨਿਟੀ ਬੂਸਟ ਹੋ ਜਾਂਦੀ ਹੈਗੀ ਥੋੜ੍ਹੀ ਦੇਰ ਵਾਸਤੇ, ਕਿਉਂਕਿ ਚੋਟ ਨੂੰ ਰਿਪੇਅਰ ਕਰਨ ਵਾਸਤੇ ਜ਼ਿਆਦਾ ਸਾਨੂੰ ਇਮਿਊਨਿਟੀ ਚਾਹੀਦੀ ਹੈਗੀ ਹੈ। ਤਾਂ ਇੱਕ ਦਿਨ ਜਾਂ 2 ਦਿਨ ਵਾਸਤੇ ਇਮਿਊਨਿਟੀ ਬੂਸਟ ਰਹਿੰਦੀ ਹੈਗੀ ਹੈ ਤਾਂ ਕਿ ਉਹ ਸਾਡੀ ਚੋਟ ਨੂੰ ਠੀਕ ਕਰ ਸਕੇ ਜਾਂ ਕੋਈ ਖਤਰਾ ਹੈਗਾ ਜਿਹੜਾ ਉਹਦੇ ਨਾਲ ਨਜਿੱਠਣ ਵਾਸਤੇ ਉਹ ਸਾਡੀ ਹੈਲਪ ਕਰ ਸਕੇ। ਪਰ ਉਸ ਤੋਂ ਬਾਅਦ ਉਹ ਥੱਲੇ ਆਉਣੀ ਸ਼ੁਰੂ ਹੋ ਜਾਂਦੀ ਹੈਗੀ, ਜਦੋਂ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਉਹ ਨੋਰਮਲ ਰੇਂਜ 'ਚ ਆਉਣਾ ਚਾਹੀਦਾ। ਪਰ ਜੇ ਤੁਸੀਂ ਸਟ੍ਰੈੱਸ 'ਚ ਕਰੋਨਿਕਲੀ ਰਹਿੰਦੇ ਹੋ ਤਾਂ ਇਮਿਊਨਿਟੀ ਹੈਗੀ ਜਿਹੜੀ ਉੱਪਰ ਵੱਧਦੀ ਜਾਂਦੀ ਹੈਗੀ ਹੈ, ਅਤੇ ਜੇ ਉਹ ਲਗਾਤਾਰ ਵੱਧਦੀ ਰਹਿੰਦੀ ਹੈਗੀ ਤਾਂ ਆਟੋ ਇਮਿਊਨ ਡਿਜ਼ੀਜ਼ ਵੀ ਹੋ ਜਾਂਦੀ ਹੈਗੀ ਹੈ, ਉੱਧਰ ਵੀ ਲੈ ਜਾਂਦੀ ਹੈਗੀ ਹੈ। ਅਤੇ ਅਦਰਵਾਈਜ਼ ਕੀ ਹੁੰਦਾ ਕਿ ਲੋੜ ਤੋਂ ਜ਼ਿਆਦਾ ਡਿਫੈਂਸ ਵਰਤ ਲਈਏ, ਜਿਵੇਂ ਅਸੀਂ ਫੌਜ ਦੀ ਗੱਲ ਕੀਤੀ ਸੀ ਕਿ ਜੇ ਅਸੀਂ ਸਾਰਾ ਟਾਈਮ ਫੌਜ ਨੂੰ ਲੜਾਉਂਦੇ ਹੀ ਰਹੀਏ ਕਿ ਹਮੇਸ਼ਾ ਹੀ ਬਾਰਡਰ 'ਤੇ ਰਹੇ ਉਹ, ਜਦੋਂ ਵੀ ਫੌਜੀ ਕੋਈ ਬਣੇ ਤਾਂ ਲਗਭਗ ਆਪਣੀ ਸਾਰੀ ਉਮਰ ਜੇ ਬਾਰਡਰ 'ਤੇ ਲੜਦਿਆਂ ਹੀ ਕੱਢੇ ਤਾਂ ਉਹ ਕੀ ਹੋਏਗਾ ਕਿ ਉਹ ਫਰੈਂਡਲੀ ਫਾਇਰ ਵੀ ਕਰੇਗਾ, ਉਹ ਤੁਹਾਡੇ ਅੰਦਰ ਦੀਆਂ ਕਈ ਚੀਜ਼ਾਂ ਨੂੰ ਵੀ ਗਲਤ ਸਮਝ ਲਏਗਾ। ਤਾਂ ਆਟੋ ਇਮਿਊਨ ਡਿਜ਼ੀਜ਼ ਉਹੀ ਹੁੰਦੀਆਂ ਨੇ ਜਿਹਦੇ 'ਚ ਸਾਡਾ ਸਰੀਰ ਅੰਦਰ ਹੀ ਸਾਡੇ ਜੋ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਗਲਤ ਸਮਝਣ ਲੱਗ ਪੈਂਦੇ ਕਿ ਇਹ ਮੇਰਾ ਹਿੱਸਾ ਨਹੀਂ ਹੈਗੀਆਂ, ਅਤੇ ਫਿਰ ਉਹ ਇਮਿਊਨ ਜਿਹੜਾ ਹੈਗਾ ਉਹ ਉਹਨੂੰ ਕਿਲ ਕਰਨਾ ਸ਼ੁਰੂ ਕਰ ਦਿੰਦਾ ਹੈਗਾ। ਤਾਂ ਇਸ ਤਰ੍ਹਾਂ ਵੀ ਹੋ ਸਕਦਾ, ਅਤੇ ਲਗਾਤਾਰ ਸਟ੍ਰੈੱਸ 'ਚ ਰਹਿਣ ਕਰਕੇ ਇਹ ਚੀਜ਼ਾਂ ਹੋਣੀਆਂ ਸੰਭਵ ਹੋ ਜਾਂਦੀਆਂ ਹੈਗੀਆਂ। ਜਿਵੇਂ ਇਗਜ਼ੈਂਪਲ ਇਹਦੀ ਹੈਗੀ ਹੈ ਕਿ ਇੱਕ ਹੋਰ ਇਗਜ਼ੈਂਪਲ ਹੈਗੀ ਹੈ ਕਿ ਅਸੀਂ ਦੇਖਿਆ ਕਿ ਬੱਚੇ ਜਦੋਂ ਇਗਜ਼ਾਮ ਦੇ ਦਿਨ ਹੁੰਦੇ ਹੈਗੇ ਆ ਤਾਂ ਉਸ ਟਾਈਮ ਉਹ ਕੀ ਹੁੰਦੇ ਹੈਗੇ, ਸਟ੍ਰੈੱਸ 'ਚ ਹੁੰਦੇ ਹੈਗੇ ਆ, ਅਤੇ ਉਹਨਾਂ ਨੂੰ ਕੋਮਨ ਕੋਲਡ ਹੋ ਜਾਂਦਾ ਆਮ ਹੀ। ਇਹ ਸਾਡੇ ਨਾਲ ਵੀ ਹੁੰਦਾ ਰਿਹਾ ਕਿ ਪੇਪਰਾਂ ਦੇ ਦਿਨ ਆਉਂਦੇ ਅਤੇ ਜ਼ੁਕਾਮ ਲੱਗ ਜਾਂਦਾ, ਉਹ ਇਸੇ ਕਰਕੇ ਹੁੰਦਾ ਕਿ ਇਮਿਊਨਿਟੀ ਵੀਕ ਹੋ ਜਾਂਦੀ ਕਿਉਂਕਿ ਸਟ੍ਰੈੱਸ 'ਚ ਹੁੰਦੇ ਆ, ਅਤੇ ਫਿਰ ਕੋਈ ਵੀ ਛੋਟਾ ਮੋਟਾ ਵਾਇਰਸ ਜਾਂ ਬੈਕਟੀਰੀਆ ਹੈਗਾ ਉਹ ਛੇਤੀ ਸਾਨੂੰ ਪ੍ਰਭਾਵਿਤ ਕਰ ਸਕਦਾ ਹੈਗਾ। ਅਗਲੀ ਹੈਗਾ ਜਿਹੜਾ ਇਹਦਾ ਵੱਡਾ ਪ੍ਰਭਾਵ ਇਹ ਸਕਦਾ ਹੈਗਾ ਕਿ ਏਜਿੰਗ, ਕਿ ਅਸੀਂ ਛੇਤੀ ਬੁੱਢੇ ਹੋ ਜਾਂਦੇ ਹੈਗੇ ਆ। ਤਾਂ ਇਹ ਅਸੀਂ ਦੇਖਦੇ ਹੁੰਦੇ, ਇਹ ਤਾਂ ਸਾਨੂੰ ਦੇਖਣ 'ਚ ਹੀ ਪਤਾ ਲੱਗ ਜਾਂਦਾ ਕਿ ਬੰਦਾ ਸਟ੍ਰੈੱਸ 'ਚ ਹੈ, ਕੋਈ ਉਹਦੇ ਨਾਲ ਘਟਨਾ ਵਾਪਰ ਗਈ ਤਾਂ ਉਹ ਛੇਤੀ ਇੱਦਾਂ ਲੱਗਦਾ ਕਿ ਉਹ ਛੇਤੀ ਹੀ ਉਹਨੇ ਬੁਢਾਪੇ ਵੱਲ ਨੂੰ ਚਲਾ ਗਿਆ। ਇਹ ਵਾਪਰਦਾ ਹੈਗਾ ਟੈਲੀਮੀਅਰਸ ਹੈਗੇ ਜਿਹੜੇ ਸਾਡੇ DNA ਨੂੰ ਬੰਨਣ ਵਾਲੇ ਜਿਹੜੇ ਹੁੰਦੇ ਨੇ, ਟੈਲੀਮੀਅਰਸ ਕਿਹਾ ਜਾਂਦਾ ਉਹਨਾਂ ਨੂੰ, DNA ਦੇ ਐਂਡਸ 'ਤੇ ਹੁੰਦੇ ਨੇ, ਜਿਵੇਂ ਸਾਡੇ ਸ਼ੂ ਲੇਸਿਸ ਹੁੰਦੇ ਨੇ ਉਹਦੇ ਐਂਡ ਦੇ ਉੱਪਰ ਇੱਕ ਟਿਪ ਹੁੰਦੀ ਹੈਗੀ ਜਿਹਦੇ ਵਿੱਚ ਦੀ ਅਸੀਂ ਲੰਘਾਉਂਦੇ ਹੈਗੇ ਹਾਂ, ਉਸ ਤਰ੍ਹਾਂ ਟੈਲੀਮੀਅਰਸ ਹੁੰਦੇ ਨੇ, ਤਾਂ ਉਹ ਬੰਨ ਕੇ ਰੱਖਦੇ ਨੇ DNA ਨੂੰ। ਪਰ ਜਦੋਂ ਅਸੀਂ ਸਟ੍ਰੈੱਸ 'ਚ ਹੁੰਦੇ ਹਾਂ ਤਾਂ ਉਹ ਲੰਬੇ ਸਟ੍ਰੈੱਸ ਤੋਂ ਬਾਅਦ ਉਹ ਟੈਲੀਮੀਅਰਸ ਖੁੱਲ੍ਹ ਜਾਂਦੇ ਨੇ, ਸਾਡਾ DNA ਜਿਹੜਾ ਉਹ ਉੱਥੋਂ ਖੁੱਲ੍ਹ ਜਾਂਦਾ ਹੈਗਾ, ਤਾਂ ਉਹ ਏਜਿੰਗ 'ਚ ਜਿਹੜਾ ਹੈਗਾ ਬਹੁਤ ਜ਼ਿਆਦਾ ਇਫੈਕਟ ਕਰਦਾ ਹੈਗਾ, ਵੱਧ ਉਮਰ ਦਿਖਾਈ ਦੇਣ 'ਚ ਜਾਂ ਹੋਣ 'ਚ ਵੀ। ਨੈਕਸਟ ਹੈਗਾ ਜਿਹੜਾ ਉਹ ਹੈਗਾ ਗਰੋਥ, ਕਿ ਗਰੋਥ ਹੈ ਜਿਹੜੀ ਉਹ ਘੱਟ ਜਾਂਦੀ ਹੈਗੀ ਹੈ, ਗਰੋਥ ਹੋਣੀ ਬੰਦ ਹੋ, ਬੱਚਿਆਂ 'ਚ ਇਹ ਹੁੰਦਾ ਕਿ ਜਿਹੜੇ ਬੱਚੇ ਸਟ੍ਰੈੱਸ 'ਚ ਰਹਿੰਦੇ ਨੇ ਸ਼ੁਰੂ ਤੋਂ, ਮਾਂ ਬਾਪ ਲੜਦੇ ਨੇ ਜਾਂ ਉਹਨਾਂ ਦੇ ਵਿੱਚ ਰਿਲੇਸ਼ਨ ਹੈਗੇ ਜਿਹੜੇ ਜਾਂ ਉਹ ਕਿਸੇ ਹੋਰ ਸਟ੍ਰੈੱਸ 'ਚ ਨੇ, ਜਿਵੇਂ ਅਸੀਂ ਸਟੱਡੀ ਦੇ ਸਟ੍ਰੈੱਸ 'ਚ ਵੀ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਬੱਚੇ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਹੁੰਦੇ ਨੇ, 10ਵੀਂ 'ਚ ਅਸੀਂ ਕਹਿੰਦੇ ਹਾਂ ਕਿ ਇਹ ਬੱਚੇ ਉਹ ਨਹੀਂ ਹੈਗੇ, ਜਦੋਂ ਅਸੀਂ ਪੜ੍ਹਦੇ ਹੁੰਦੇ ਤਾਂ ਵੱਡੇ ਵੱਡੇ ਜਵਾਕ ਹੁੰਦੇ ਸੀ, ਹੁਣ 19 ਉਮਰ ਦੇ ਜਵਾਕ ਨਿੱਕੇ ਨਿੱਕੇ ਨੇ, ਉਹ ਸ਼ਾਇਦ ਪੜ੍ਹਾਈ ਦਾ ਹੀ ਸਟ੍ਰੈੱਸ ਹੈ ਕਿ ਪਿਛਲੇ 20-25 ਸਾਲਾਂ 'ਚ ਅਸੀਂ ਬਹੁਤ ਜ਼ਿਆਦਾ ਇਹਦੇ ਵੱਲ ਹੋ ਗਏ ਹੈਗੇ ਪੜ੍ਹਨ ਵੱਲ ਨੂੰ, ਅਤੇ ਉਹਦਾ ਸਟ੍ਰੈੱਸ ਜਿਹੜਾ ਹੈਗਾ ਬੱਚਿਆਂ ਦੇ ਉੱਪਰ ਕ੍ਰੀਏਟ ਹੋ ਗਿਆ ਹੈਗਾ, ਅਤੇ ਐਕਸਪੈਕਟੇਸ਼ਨਸ ਕਰਕੇ ਉਹ ਸਟ੍ਰੈੱਸ ਕਰਕੇ ਉਹ ਹਾਰਮੋਨ ਹੈਗਾ ਜਿਹੜਾ ਗਰੋਥ ਵਾਲਾ ਉਹ ਨਹੀਂ ਹੋ ਸਕਦਾ। ਇਹਦੇ ਨਾਲ ਰਿਲੇਟਡ ਉਦਾਹਰਨ ਹੈਗੀ ਜਿਹੜੀ ਉਹ ਜਰਮਨੀ 'ਚ ਇੱਕ ਔਰਫਨੇਜ ਸੀਗਾ ਜਦੋਂ World War II ਤੋਂ ਬਾਅਦ ਇਹ ਘਟਨਾ ਵਾਪਰੀ, ਉੱਥੇ ਇੱਕ ਜਿਹੜਾ ਔਰਫਨੇਜ ਸੀਗਾ ਉਹਦੀ ਜਿਹੜੀ ਸਿਸਟਰ ਸੀਗੀ ਜਿਹੜੀ ਉਹਨੂੰ ਸੰਭਾਲਦੀ ਸੀਗੀ ਉਹ ਬਹੁਤ ਫਰੈਂਡਲੀ ਸੀ ਬੱਚਿਆਂ ਨਾਲ, ਉਹ ਖੇਡਦੀ ਸੀ ਬੱਚਿਆਂ ਨਾਲ ਪੇਂਟਿੰਗ ਕਰਦੀ ਸੀ, ਉਹਨਾਂ ਦੇ ਨਾਲ ਹੱਸਦੀ ਖੇਡਦੀ ਸੀਗੀ। ਦੂਸਰਾ ਔਰਫਨੇਜ ਸੀਗਾ ਜਿਹੜਾ, ਉੱਥੇ ਉਹ ਲੇਡੀ ਸੀ ਜਿਹੜੀ ਉਹ ਬਹੁਤ ਸਖਤ ਸੀਗੀ, ਉਹ ਬੱਚਿਆਂ 'ਤੇ ਬਹੁਤ ਸਟ੍ਰਿਕਟ ਸੀਗੀ। ਤਾਂ ਜਿਹੜਾ ਪਹਿਲਾ ਔਰਫਨੇਜ ਸੀਗਾ ਉਹਦੇ ਵਿੱਚ ਬੱਚਿਆਂ ਦੀ ਗਰੋਥ ਬਹੁਤ ਜ਼ਿਆਦਾ ਸੀਗੀ, ਜਦੋਂ ਉਹਨਾਂ ਕਿਉਂਕਿ ਉਹਨਾਂ ਨੂੰ ਸੇਮ ਹੀ ਸਹੂਲਤਾਂ ਮਿਲਦੀਆਂ, ਡਾਕਟਰ ਵੀ ਸੇਮ ਡੇਜ਼ ਹੀ ਵਿਜ਼ਿਟ ਕਰਦੇ ਸੀ, ਖਾਣਾ ਵੀ ਸੇਮ ਮਿਲਦਾ ਸੀ, ਉਹ ਸਾਰੀਆਂ ਚੀਜ਼ਾਂ ਸੇਮ ਹੀ ਸੀਗੀਆਂ ਕਿਉਂਕਿ ਇੱਕ ਸ਼ਹਿਰ ਦੇ ਵਿੱਚ ਹੀ ਸੀ ਦੋਨੋਂ ਔਰਫਨੇਜ ਔਰਫਨੇਜ ਸੀਗੇ ਜਿਹੜੇ। ਅਤੇ ਪਰ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਟ੍ਰੈੱਸ ਵਾਲਾ ਮਾਹੌਲ ਸੀਗਾ, ਉੱਥੇ ਬੱਚਿਆਂ ਦੇ ਕੱਦ ਵੀ ਘੱਟ ਸੀ, ਉਹ ਪਤਲੇ ਵੀ ਸੀਗੇ, ਤਾਂ ਇਹ ਉਹਦੀ ਵੱਡੀ ਉਦਾਹਰਣ ਸੀ। ਬਾਅਦ 'ਚ ਉਹਦੇ 'ਤੇ ਪੂਰੀ ਸਟੱਡੀ ਹੋਈ। ਉਹ ਨੀਂਦ ਘੱਟ ਜਾਂਦੀ ਹੈ ਸਾਡੀ, ਇੱਕ ਹੋਰ ਆਉਂਦਾ ਕਿ ਨੀਂਦ ਤੁਸੀਂ ਸੌ ਨਹੀਂ ਸਕਦੇ ਕਿਉਂਕਿ ਲਗਾਤਾਰ ਤੁਹਾਡਾ ਦਿਮਾਗ ਹੈਗਾ ਜਿਹੜਾ
ਉਹ ਕ੍ਰੀਏਟ ਕਰ ਰਿਹਾ ਹੈਗਾ ਸਟ੍ਰੈੱਸ। ਤਾਂ ਤੁਹਾਡੀ ਬਾਡੀ ਇੱਕ ਤਰ੍ਹਾਂ ਦੀ ਅਲਰਟ ਮੋਡ 'ਤੇ ਹੈਗੀ ਹੈ ਜਦੋਂ ਸਟ੍ਰੈੱਸ 'ਚ ਹੁੰਦੇ ਹਾਂ, ਤਾਂ ਅਲਰਟ ਮੋਡ 'ਚ ਅਸੀਂ ਸੌਂ ਨਹੀਂ ਸਕਦੇ ਕਿਉਂਕਿ ਸਾਨੂੰ ਇੱਕ ਮੌਕੇ 'ਤੇ ਖਤਰਾ। ਜਿਵੇਂ ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਦੱਸਿਆ ਸੀ ਕਿ ਸਟ੍ਰੈੱਸ ਆ ਜਿਹੜਾ ਉਹ ਸਾਡੇ ਵਾਸਤੇ ਬੈਨੀਫਿਸ਼ੀਅਲ ਹੈ ਕਿਉਂਕਿ ਸਾਨੂੰ ਖਤਰੇ ਤੋਂ ਬਚਾਉਂਦਾ, ਪਰ ਅਸੀਂ ਲਗਾਤਾਰ ਜਦੋਂ ਉਹਨੂੰ ਵਰਤਦੇ ਹਾਂ ਫਿਰ ਉਹ ਨੁਕਸਾਨਦਾਇਕ ਹੈਗਾ। ਤਾਂ ਇਸੇ ਤਰ੍ਹਾਂ ਜਦੋਂ ਖਤਰੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਫਿਰ ਅਸੀਂ ਸੌਂ ਨਹੀਂ ਸਕਦੇ, ਤਾਂ ਉਹ ਸਟ੍ਰੈੱਸ ਹੈਗਾ ਜਿਹੜਾ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈਗਾ। ਜਿਹੜਾ ਸੈਕਸ਼ੁਅਲ ਲਾਈਫ ਹੈਗੀ ਹੈ ਜਿਹੜੀ ਉਹਨੂੰ ਪ੍ਰਭਾਵਿਤ ਕਰਦਾ, ਕਿਉਂਕਿ ਲਿਬੀਡੋ ਹੈਗੀ ਜਿਹੜੀ ਉਹ ਪੈਦਾ ਨਹੀਂ ਹੋ ਸਕਦੀ, ਇਰੈਕਸ਼ਨਸ ਹੈਗੀਆਂ ਜਿਹੜੀਆਂ ਉਹ ਪਰਫੈਕਟ ਨਹੀਂ ਹੁੰਦੀਆਂ। ਹੁਣ ਕੀ ਹੁੰਦਾ ਹੈਗਾ ਕਿ ਇਹ ਉਵੇਂ ਹੀ ਹੈ, ਫਿਰ ਅਸੀਂ ਜੇ ਫੌਜ ਦੀ ਗੱਲ ਕਰੀਏ ਕਿ ਬਾਹਰ ਹਮਲਾ ਹੋਇਆ ਅਤੇ ਅਸੀਂ ਅੰਦਰ ਮਤਲਬ ਕਿ ਵਿਆਹ ਦਾ ਮਾਹੌਲ ਬਣਾਉਂਦੇ ਹੋਈਏ, ਉਹ ਹੋ ਨਹੀਂ ਸਕਦਾ ਹੈ ਨਾ। ਜਾਂ ਸੈਲੀਬ੍ਰੇਸ਼ਨਸ ਹੈਗੀਆਂ ਜਿਹੜੀਆਂ ਉਹ ਸਾਰੀਆਂ ਅਸੀਂ ਖਤਮ ਕਰ ਦਿੰਦੇ ਇੱਕ ਵਾਰੀ, ਕਿਉਂਕਿ ਮੌਕੇ 'ਤੇ ਹੁਣ ਜਿਹੜਾ ਸਾਡੇ ਕੋਲ ਯੁੱਧ ਹੈਗਾ ਉਹ ਲੜਨਾ ਜ਼ਰੂਰੀ ਹੈਗਾ ਇਸ ਟਾਈਮ। ਕਿਉਂਕਿ ਤੁਹਾਡੇ ਦਰਵਾਜ਼ੇ 'ਚ ਜਾਂ ਬਾਹਰ 'ਤੇ ਜੇ ਕੋਈ ਫੌਜ ਆਈ ਖੜੀ ਹੈਗੀ ਹੈ ਲੜਨ ਵਾਸਤੇ, ਤਾਂ ਪਹਿਲਾਂ ਉਹਦੇ ਨਾਲ ਲੜਨਾ ਜ਼ਰੂਰੀ ਹੈ, ਵਿਆਹ ਕਰਨਾ ਬਾਅਦ ਦੀ ਗੱਲ ਹੈਗੀ ਹੈ। ਤਾਂ ਇਸੇ ਤਰ੍ਹਾਂ ਹੈਗਾ ਕਿ ਇਹ ਉਹ ਅਸੀਂ ਜਿਹੜੀਆਂ ਨੋਨ ਐਸੈਂਸ਼ੀਅਲ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੁਝ ਦੇਰ ਵਾਸਤੇ ਬੰਦ ਕਰਦੇ ਹਾਂ। ਡਾਈਜੈਸ਼ਨ ਬੰਦ ਹੋ ਜਾਂਦੀ ਹੈਗੀ ਹੈ, ਇਹਦੇ ਬਾਰੇ ਅਸੀਂ ਪਹਿਲੀ ਵੀਡੀਓ 'ਚ ਹੀ ਗੱਲ ਕਰ ਲਈ ਸੀਗੀ। ਤਾਂ ਇਹ ਸਾਰੇ ਪ੍ਰਭਾਵ ਨੇ, ਲੰਬੇ ਪ੍ਰਭਾਵ ਨੇ, ਲੰਬਾ ਸਮਾਂ ਤੱਕ ਸਟ੍ਰੈੱਸ ਦੇ ਬਣੇ ਰਹਿਣ ਕਰਕੇ ਇਹ ਵਾਪਰਦੇ ਨੇ ਸਾਡੇ ਸਰੀਰ ਦੇ ਵਿੱਚ। ਤਾਂ ਇਸ ਤੋਂ ਬਾਅਦ ਅਸੀਂ ਜਿਹੜੀ ਤੀਸਰੀ ਵੀਡੀਓ ਕਰਾਂਗੇ ਉਹਦੇ 'ਚ ਅਸੀਂ ਗੱਲ ਕਰਾਂਗੇ ਕਿ ਜਿਹੜਾ ਮਾਨਸਿਕ ਦਬਾਅ ਹਮੇਸ਼ਾ ਸਟ੍ਰੈੱਸ ਬਣਦਾ ਹੈਗਾ ਜਾਂ ਮਾਨਸਿਕ ਤਣਾਅ ਹੈਗਾ ਜਿਹੜਾ, ਉਸ ਤੋਂ ਅਸੀਂ ਕਿਵੇਂ ਬਚ ਸਕਦੇ ਹੈਗੇ, ਇਹੋ ਜਿਹੇ ਕਿਹੜੇ ਕਿਹੜੇ ਟੂਲਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਹਾਂ ਅਤੇ ਉਹਦੇ ਤੋਂ ਬਚ ਸਕਦੇ ਹੈਗੇ। ਆਸ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਧੰਨਵਾਦ।